ਹਾਂਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਅੱਜ ਆਪਾਂ ਲੈ ਕੇ ਆਏ ਆਂ ਜੀ ਨਵਾਂ ਨੋਟੀਫਿਕੇਸ਼ਨ ਜੋ ਕਿ ਬੀਐਸਸੀ ਵਾਲੇ ਸਟੂਡੈਂਟਸ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਵੇਗਾ ਸੋ ਉਸ ਤੋਂ ਪਹਿਲਾਂ ਰਿਕਵੈਸਟ ਆ ਜੀ ਜਿਹੜੇ ਵੀ ਸਟੂਡੈਂਟ ਜਾਂ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਚੈਨਲ ਦੇ ਉੱਤੇ ਆਪਾਂ ਪੇਪਰਾਂ ਦੀ ਤਿਆਰੀ ਹਰ ਇੱਕ ਤਰ੍ਹਾਂ ਦਾ ਜੌਬ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਉਂਦੇ ਹਾਂ ਸਪੈਸ਼ਲੀ ਮੈਡੀਕਲ ਫੀਲਡ ਵਾਲੇ ਬੱਚਿਆਂ ਲਈ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਅਤੇ ਵੀਡੀਓ ਨੂੰ ਜੇ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਾਂਜੀ ਆਪਾਂ ਸਟਾਰਟ ਕਰਦੇ ਆ ਜੀ ਅੱਜ ਦਾ ਨੋਟੀਫਿਕੇਸ਼ਨ ਇਹ ਨੋਟੀਫਿਕੇਸ਼ਨ ਕੱਢਿਆ ਗਿਆ ਜੀ ਬ੍ਰਾਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ ਵੱਲੋਂ ਯਾਨੀ ਕਿ ਬੀਈਸੀਆਈਐਲ ਵੱਲੋਂ ਠੀਕ ਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਨਿਊ ਡੈਲੀ ਤੁਹਾਡੀਆਂ ਪੋਸਟਾਂ ਰਹਿਣਗੀਆਂ ਹਾਂਜੀ ਪੋਸਟਾਂ ਕਿਹੜੀਆਂ ਨੇ ਜੀ ਆਹ ਦੇਖੋ ਆਪਰੇਸ਼ਨ ਥੀਏਟਰ ਅਸਿਸਟੈਂਟ 26 ਪੋਸਟਾਂ ਨੇ ਜੀ ਠੀਕ ਆ क्वालिफिकेशन की मंगी <coughs> uh, आ बी एस सी और प्लस टू विद साइंस विद फाइव ईयरस एक्सपीरियंस इन द फॉलोइंग एरिया ठीक है जी प्लस टू विद साइंस ठीक है जी एक्सपीरियंस कि फील्ड का होना चाहिए आ लिखा होया जी ओ टी आई सी यू सी एस एस डी ठीक है जी मैनीफोल्ड रूम ਪ੍ਰੀਫਰੈਂਸ ਵਿਲ ਬੀ 기ਵਨ ਟੂ ਕੈਂਡੀਡੇਟ ਵਿਦ ਸਰਟੀਫਿਕੇਟ ਡਿਪਲੋਮਾ ਕੋਰਸ ਇਨ ਓਟੀ ਟੈਕਨੀਕਸ ਫਰੋਮ ਰੀਕੋਗਨਾਈਜ਼ਡ ਹਸਪੀਟਲ অর ਇੰਸਟੀਟਿਊਟਸ ਠੀਕ ਹੈ ਜੀ ਜਿਨ੍ਹਾਂ ਨੇ ਓਟੀ ਦਾ ਡਿਪਲੋਮਾ ਕੀਤਾ ਹੋਇਆ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਬਟ ਅਪਲੋ ਸੋਰੀ ਬਟ ਅਪਲਾਈ ਆ ਜਿਹੜੇ ਉਹ ਬੀਐਸਸੀ ਵਾਲੇ ਵੀ ਕਰ ਸਕਦੇ ਆ ਐਂਡ ਜਿਨ੍ਹਾਂ ਨੇ ਪਲੱਸ 2 ਸਾਇੰਸ ਨਾਲ ਕੀਤੀ ਆ ਉਹ ਵੀ ਕਰ ਸਕਦੇ ਆ ਠੀਕ ਆ ਜੀ ਤੇ ਵਰਕ ایکسپੀਰੀਅנס ਇਹਨਾਂ ਨੇ ਲਿਖਿਆ ਵਾ ਬਈ ਸ਼ਲ ਵੀ ਕਨਸੀਡਰਡ ਇਫ ਕੈਂਡੀਡੇਟ ਹੈਜ਼ ਵਰਕ ایکسپੀਰੀਅנס ਆ ਜਿਹੜਾ ਉਹ ਕਾਊਂਟ ਕੀਤਾ ਜਾਊਗਾ ਜੇਕਰ ਕੈਂਡੀਡੇਟ ਨੇ ਪ੍ਰਾਈਵੇਟ ਜਾਂ ਪਬਲਿਕ ਸੈਕਟਰ ਵਾਲੇ ਹਸਪੀਟਲ ਦੇ ਵਿੱਚ ਕੰਮ ਕੀਤਾ 500 ਬੈੱਡ ਵਾਲੇ ਚ ਐਟ ਲੀਸਟ 500 ਬੈਡਸ ਠੀਕ ਆ ਜੀ ਸੈਲਰੀ ਤੁਹਾਨੂੰ ਮੰਥਲੀ ਮਿਲਣ ਵਾਲੀ ਹੈ ਜੀ 20202 ਰੁਪਏ ਠੀਕ ਆ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਵਾ ਟੋਟਲ 26 ਪੋਸਟਾਂ ਨੇ ਹੁਣ ਆਪਾਂ ਅੱਗੇ ਦੇਖਦੇ ਆਂ ਜੀ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਆ ਇਹਨਾਂ ਦੀ ਵੈਬਸਾਈਟ ਆ ਇਹਨੂੰ ਨੋਟ ਕਰ ਲਓ www.becil.com ਠੀਕ ਆ ਇਹ ਫੋਰ ਟੈਕਨੀਕਲ ਪ੍ਰੋਬਲਮ ਫੋਰਸਡ ਵੀਲ ਅਪਲਾਈ ਆਨਲਾਈਨ ਹਾਂਜੀ ਜੇ ਅਪਲਾਈ ਆਨਲਾਈਨ ਕਰਦੇ ਚ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਆ ਇਹਨਾਂ ਨੇ ਦੋ ਮੇਲ ਆਈਡੀਆਂ ਦਿੱਤੀਆਂ ਨੇ ਔਰ ਕੰਟੈਕਟ ਨੰਬਰ ਵੀ ਦਿੱਤਾ ਹੋਇਆ ਇਹਦੇ ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਇਹ ਪੀਡੀਐਫ ਆ ਜਿਹੜੀ ਇਹ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦੂੰਗਾ ਸੋ ਸਾਰਿਆਂ ਨੂੰ ਰਿਕਵੈਸਟ ਆ ਕਿ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਉੱਥੇ ਹਰ ਇੱਕ ਪੀਡੀਐਫ ਅਵੇਲੇਬਲ ਕਰਵਾ ਦਿੰਨੇ ਹੁੰਨੇ ਆ ਉਥੋਂ ਤੁਸੀਂ ਡਾਊਨਲੋਡ ਕਰਕੇ ਆਪਦੇ ਫੋਨ ਤੇ ਪ੍ਰੋਪਰ ਘਰ ਆਪਦੇ ਬੈਠ ਕੇ ਆਰਾਮ ਨਾਲ ਪੜ ਕੇ ਫਿਰ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਆ ਜੀ ਆ ਦੇਖੋ 12/2/2022 ਠੀਕ ਹੈ ਜਾਨਕਿ 12 ਫਰਵਰੀ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਹੁਣ ਅਪਲਾਈ ਕਿੱਦਾਂ ਕਰਨਾ ਜੀ ਆ ਦੇਖੋ ਕੈਂਡੀਡੇਟ ਰਿਕਾਰਡ ਆਹ ਵੈਬਸਾਈਟ ਤੇ ਜਾਣਾ ਇਹਨਾਂ ਦੀ ਤੇ www.becil.com ਤੇ ਠੀਕ ਹੈ ਜੀ ਜਾਇਗਾ ਇਹਨਾਂ ਨੇ ਹੋਰ ਵੈਬਸਾਈਟ ਦਿੱਤੀ ਆ ਇਹਨਾਂ ਦੋਨਾਂ ਚੋਂ ਕਿਤੇ ਜਾਣਾ ਵਾ ਠੀਕ ਆ ਜੀ ਉਸ ਤੋਂ ਬਾਅਦ ਤੁਹਾਡੇ ਕੋਲੇ ਆਪਸ਼ਨ ਆਉਣਗੇ ਆਦੇ ਪੂਰੀ ਡਿਟੇਲ ਦੱਸੀ ਆ ਠੀਕ ਆ ਜੀ ਸਿਲੈਕਟ ਦਾ ਐਡਵਰਟਾਈਜ਼ਮੈਂਟ ਨੰਬਰ ਇੰਟਰ ਬੇਸਿਕ ਡਿਟੇਲ ਐਜੂਕੇਸ਼ਨ ਡਿਟੇਲ ਵਰਕ ਐਕਸਪੀਰੀਅੰਸ ਅਪਲੋਡ ਸਕੈਨ ਫੋਟੋ ਸਿਗਨੇਚਰ ਬਦ ਸਰਟੀਫਿਕੇਟ 10 ਸਰਟੀਫਿਕੇਟ ਕਾਸਟ ਸਰਟੀਫਿਕੇਟ ਐਪਲੀਕੇਸ਼ਨ ਪ੍ਰੀਵਿਊ ਔਨ ਮੋਡੀਫਾਈ ਪੇਮੈਂਟ ਔਨਲਾਈਨ ਮੋਡ ਠੀਕ ਹੈ ਜੀ ஆன்ਲਾਈਨ ਪੇਮੈਂਟ ਹੋਣੀ ਆ ਈਮੇਲ ਯੋਰ ਸਕੈਨ ਡਾਕੂਮੈਂਟਸ ਟੂ ਈਮੇਲ ਆਈਡੀ ਮੈਂਸ਼ਨ ਇਨ ਦਾ ਲਾਸਟ ਪੇਜ ਆਫ ਅਪਲੀਕੇਸ਼ਨ ਫਾਰਮ ਠੀਕ ਹੈ ਜੀ ਪੇਮੈਂਟ ਆਨਲਾਈਨ ਹੋਣੀ ਆ ਆ ਦੇਖੋ ਫੀਸ ਵੀ ਦਿੱਤੀ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਜਨਰਲ ਦੀ 750 ਆ OBC ਦੀ 750 ਠੀਕ ਹੈ ਜੀ ਤੇ ਐਸੀ ਇਹ ਤੁਸੀਂ ਸਾਰੀ ਆਪਣੀ ਡਿਟੇਲ ਪੜ ਲਿਓ ਮੈਂ PDF ਪ੍ਰੋਵਾਈਡ ਕਰਵਾ ਦੂੰਗਾ ਠੀਕ ਹੈ ਜੀ ਸੋ ਇਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ ਨਵੀਆਂ ਵੈਕੈਂਸੀਆਂ ਨਿਕਲੀਆਂ ਨੇ ਸੈਲਰੀ 20200 ਰੁਪਏ ਰਹਿਣ ਵਾਲੀ ਹੈ ਜੀ 26 ਪੋਸਟਾਂ ਨੇ ਜਿਹੜੇ ਵੀ ਐਲੀਜੀਬਲ ਕੈਂਡੀਡੇਟ ਨੇ ਅੱਜ ਹੀ ਜਲਦੀ ਤੋਂ ਜਲਦੀ ਅਪਲਾਈ ਕਰ ਦਵੋ ਕਿਸਮਤ ਦਾ ਕੁਝ ਨਹੀਂ ਪਤਾ ਹੁੰਦਾ ਹੈਗਾ ਸੋ ਆਪਾਂ ਅੱਗੇ ਤੋਂ ਵੀ ਤੁਹਾਡੇ ਲਈ ਇਦਾਂ ਦੀਆਂ ਹੀ ਇਨਫੋਰਮੇਸ਼ਨਸ ਨੋਟੀਫਿਕੇਸ਼ਨ ਲੈ ਕੇ ਆਉਂਦੇ ਰਹਾਂਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਬਹੁਤ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਕਰਨ ਲਈ ਕੁਝ ਵੀ ਨਹੀਂ ਲੱਗਦਾ ਹੁੰਦਾ ਜਸਟ ਕਲਿੱਕ ਕਰਨਾ ਹੁੰਦਾ ਵਾ ਮੋਟੀਵੇਸ਼ਨ ਮਿਲਦੀ ਆ ਉਹਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਜੇ ਹੋ ਸਕੇ ਤਾਂ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ